ਜਦੋਂ ਪੈਂਦੇ ਖਾਂ ਦੇ ਘਰ ਵਿੱਚ ਲੜਕੀ ਨੇ ਜਨਮ ਲਿਆ ਨਾ, ਅਤੇ ਕਿਸੇ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਪੈਂਦਾ ਤੁਹਾਡਾ ਸੂਰਮਾ ਹੈ, ਬੜਾ ਵੱਡਾ ਬਲ ਵਾਲਾ ਯੋਧਾ, ਇਹਦੇ ਘਰ ਵਿੱਚ ਲੜਕੀ ਪੈਦਾ ਹੋਈ ਹੈ, ਸਤਿਗੁਰੂ ਬਚਨ ਸੁਣ ਕੇ ਹੱਸ ਪਏ। ਸਿੱਖਾਂ ਨੇ ਪੁੱਛਿਆ ਮਹਾਰਾਜ ਹੱਸਣ ਵਾਲੀ ਤਾਂ ਕੋਈ ਗੱਲ ਨਹੀਂ ਹੈ, ਆਪ ਜੀ ਮੁਸਕਰਾਏ ਹੋ, ਪ੍ਰਸੰਨ ਹੋਏ ਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪੈਂਦੇ ਖਾਂ ਦਾ ਕਾਲ ਆ ਗਿਆ ਉਹਦੇ ਘਰ ਦੇ ਵਿੱਚ। ਮਹਾਰਾਜ ਇਹ ਕਿਵੇਂ? ਸਤਿਗੁਰੂ ਕਹਿੰਦੇ ਸਮਾਂ ਆਵੇਗਾ ਇਹ ਲੜਕੀ ਪੈਂਦੇ ਖਾਂ ਦਾ ਕਾਲ ਬਣ ਜਾਏਗੀ, ਇਹਦੇ ਰਾਹੀਂ ਇਹਦੀ ਮੌਤ ਹੋਣੀ ਹੈ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ, ਪੈਂਦੇ ਖਾਂ ਦੀ ਧੀ ਜਵਾਨ ਹੋ ਗਈ, ਜਵਾਈ ਵਿਆਹ ਕੇ ਜਵਾਈ ਘਰ ਵਿੱਚ ਲੈ ਆਉਂਦਾ, ਸਤਿਗੁਰਾਂ ਦੇ ਕੋਲ ਕਿਸੇ ਸਿੱਖ ਨੇ ਤੋਹਫੇ ਲਿਆ ਕੇ ਦਿੱਤੇ, ਇੱਕ ਬੜਾ ਸੋਹਣਾ ਘੋੜਾ, ਇੱਕ ਬੜੀ ਸੋਹਣੀ ਪੁਸ਼ਾਕ, ਇੱਕ ਬੜਾ ਸੋਹਣਾ ਖੰਡਾ, ਇੱਕ ਬਾਜ, ਇਹ ਮਹਾਰਾਜ ਨੂੰ ਲਿਆ ਕੇ ਦਿੱਤੇ। ਸਤਿਗੁਰਾਂ ਨੇ ਖੰਡਾ ਵੀ ਪੈਂਦੇ ਖਾਂ ਨੂੰ ਦਿੱਤਾ, ਸੋਹਣੀ ਪੁਸ਼ਾਕ ਜਿਹੜੀ ਆਈ ਸੀ ਵਿਸ਼ੇਸ਼ ਉਹ ਵੀ ਪੈਂਦੇ ਖਾਣ ਨੂੰ, ਇੱਕ ਸੋਹਣਾ ਘੋੜਾ ਉਹ ਵੀ ਪੈਂਦੇ ਖਾਣ ਨੂੰ ਦਿੱਤਾ। ਮਹਾਰਾਜ ਕਹਿੰਦੇ ਜਾ ਪੈਂਦਿਆ ਸਭ ਕੁਝ ਗੁਰੂ ਘਰ ਵੱਲੋਂ ਤੈਨੂੰ ਮਿਲਿਆ, ਪਰ ਜਦੋਂ ਸਾਡੇ ਦਰਬਾਰ ਵਿੱਚ ਆਵੇਂ ਉਦੋਂ ਇਹ ਸਭ ਕੁਝ ਪਹਿਨ ਕੇ ਆਉਣਾ, ਘੋੜੇ 'ਤੇ ਚੜ੍ਹ ਕੇ ਆਉਣਾ, ਲੋਕਾਂ ਨੂੰ ਪਤਾ ਲੱਗੇ ਮਹਾਰਾਜ ਦੀ ਫੌਜ ਦਾ ਜਰਨੈਲ ਆ ਰਿਹਾ। ਜਦੋਂ ਘਰ ਵਿੱਚ ਲੈ ਗਿਆ, ਜਵਾਈ ਨੇ ਆਖਿਆ ਜੇ ਸਭ ਕੁਝ ਮੈਨੂੰ ਪਸੰਦ ਹੈ, ਘੋੜਾ ਵੀ ਮੈਨੂੰ ਹੀ ਚਾਹੀਦਾ, ਵਰਦੀ ਵੀ ਮੈਨੂੰ, ਖੰਡਾ ਵੀ ਮੈਨੂੰ ਚਾਹੀਦਾ ਹੈ। ਪੈਂਦਾ ਕਹਿਣ ਲੱਗਾ ਵੀ ਮੈਂ ਦੇ ਨਹੀਂ ਸਕਦਾ, ਇਹ ਮਹਾਰਾਜ ਕੋਲੋਂ ਮੈਨੂੰ ਮਿਲਿਆ ਹੈ। ਅਤੇ ਪੈਂਦੇ ਖਾਂ ਦੀ ਘਰਵਾਲੀ ਬੋਲ ਪਈ, ਕਹਿਣ ਲੱਗੀ ਵੀ ਤੁਸੀਂ ਕੀ ਕਰਦੇ ਹੋ, ਜਵਾਈਆਂ ਨੂੰ ਨਾ ਥੋੜ੍ਹੀ ਕਰੀਦੀ ਹੈ, ਤੁਸੀਂ ਹੋਰ ਲੈ ਲਿਓ, ਦੇ ਦਿਓ ਇਸ। ਸਭ ਕੁਝ ਉਸ ਨੂੰ ਪ੍ਰਾਪਤ ਹੋ ਗਿਆ। ਪੈਂਦੇ ਖਾਣ ਹੁਣ ਵਿਚਾਰਾ ਪਹਿਲਾਂ ਵਾਂਗੂ ਫਿਰ ਜਿਹੜੇ ਪਹਿਲੇ ਕੱਪੜੇ ਉਹੀ ਪਾ ਕੇ ਆਉਂਦਾ, ਨਵੇਂ ਖੋਏ ਗਏ। ਅਤੇ ਸਤਿਗੁਰਾਂ ਨੇ ਪੁੱਛਿਆ ਉਸ ਵੇਲੇ, ਇਹਨੇ ਬਾਜ ਵੀ ਲੁਕਾ ਲਿਆ, ਇਹਦੇ ਜਵਾਈ ਨੇ ਲੁਕਾਇਆ ਵੈਸੇ ਬਾਜ ਵੀ। ਮਹਾਰਾਜ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਬਾਜ ਜਿਹੜਾ ਸੀ ਸਤਿਗੁਰਾਂ ਨੇ ਉਹਨੂੰ ਦਿੱਤਾ, ਉਹ ਵੀ ਜਵਾਈ ਨੇ ਲੁਕਾ ਲਿਆ। ਜਦੋਂ ਸਤਿਗੁਰਾਂ ਨੇ ਪੁੱਛਿਆ, ਪੈਂਦੇ ਖਾਂ ਮੁਕਰ ਗਿਆ। ਜਦੋਂ ਇਹਦੇ ਘਰ ਦੀ ਤਲਾਸ਼ੀ ਲਈ, ਪੈਂਦੇ ਖਾਂ ਦੇ ਘਰ ਵਿੱਚੋਂ ਨਿਕਲ ਆਇਆ ਸਾਰਾ ਕੁਝ। ਹੁਣ ਪੈਂਦੇ ਖਾਂ ਝੂਠਾ ਹੋ ਗਿਆ ਭਰੇ ਦਰਬਾਰ ਵਿੱਚ। ਫਿਰ ਇਹਨੇ ਮਹਾਰਾਜ ਨੂੰ ਬੜੇ ਮਾੜੇ ਬਚਨ ਕਹਿ, ਨਰਾਦਰੀ ਦੇ ਬਚਨ ਕਹਿ ਪੈਂਦੇ ਖਾਂ। ਸਤਿਗੁਰਾਂ ਨੇ ਆਖਿਆ ਭਾਈ ਸਿੱਖੋ, ਇਸ ਨੂੰ ਕੁੱਟ ਕੇ ਅਤੇ ਇਹਨੂੰ ਬਾਹਰ ਕੱਢ ਦਿਓ, ਇਹ ਮਾੜੇ ਬਚਨ ਬੋਲਿਆ ਹੈ ਗੁਰੂ ਘਰ ਨੂੰ, ਸਾਨੂੰ ਵੀ ਬੋਲਿਆ ਹੈ, ਵੱਡਿਆਂ ਗੁਰਾਂ ਨੂੰ ਵੀ ਬੋਲਿਆ ਹੈ, ਮਾਰ ਕੇ ਬਾਹਰ ਕੱਢੋ ਇਸ ਨੂੰ। ਮਾਰ ਕੇ ਬਾਹਰ ਕੱਢਿਆ, ਮੁਗਲਾਂ ਦੀ ਫੌਜ ਵਿੱਚ ਜਾ ਕੇ ਰਲ ਗਿਆ। ਸ਼ਾਹਜਹਾਨ ਦੇ ਕੋਲੋਂ ਵੱਡੀ ਫੌਜ ਲੈ ਕੇ ਆਇਆ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰ ਦਿਆਂਗਾ। ਅਤੇ ਫਿਰ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਅਤੇ ਪੈਂਦੇ ਖਾਂ ਉਹਦੇ ਵਿੱਚ ਮਾਰਿਆ ਗਿਆ। ਭਾਵ ਇਹ ਹੈ, ਪੈਂਦੇ ਖਾਂ ਦੇ ਘਰ ਵਿੱਚ ਲੜਕੀ ਪੈਦਾ ਹੁੰਦੀ, ਪਾਤਸ਼ਾਹ ਕਹਿੰਦੇ ਕਾਲ ਆ ਗਿਆ, ਇਹ ਸਬੱਬ ਬਣੇਗਾ ਇਹਦੀ ਮੌਤ ਦਾ।